ਸਤਿ ਸ਼੍ਰੀ ਅਕਾਲ ਫਰੈਂਡਸ, ਅੱਜ ਅਸੀਂ ਵੈਜੀਟੇਬਲ ਸੂਪ ਬਣਾਵਾਂਗੇ ਵਿਦ ਚਿਕਨ। ਚਿਕਨ ਆਪਸ਼ਨਲ ਆ, ਜੇ ਤੁਸੀਂ ਪਾਉਣਾ ਚਾਹੁੰਦੇ ਪਾ ਸਕਦੇ ਆ, ਨਹੀਂ ਤਾਂ ਤੁਸੀਂ ਵੈਜੀਟੇਬਲ ਸੂਪ ਵੀ ਇਕੱਲਾ ਬਣਾ ਸਕਦੇ ਆ, ਬਹੁਤ ਸਵਾਦ ਬਣਦਾ ਵਾ। ਅਤੇ ਉਹਦੇ ਵਾਸਤੇ ਮੈਂ ਲਿਆ ਏ ਥੋੜ੍ਹਾ ਜਿਹਾ, ਮੈਂ ਚਿਕਨ ਲਿਆ ਏ ਅਤੇ ਮੈਂ ਥੋੜ੍ਹੀ ਜਿਹੀ ਬੰਦ ਗੋਭੀ ਲਈ ਆ ਵਿਦ ਗ੍ਰੀਨ ਸਾਗ, ਕੁਝ ਮੈਂ ਗ੍ਰੀਨ ਸਾਗ ਦੇ ਪੱਤੇ ਲਏ ਆ ਅਤੇ ਇੱਕ ਮੈਂ ਗਾਜਰ ਲਈ ਆ ਅਤੇ ਮੈਂ ਹਰੇ ਗੰਢੇ ਲਏ ਨੇ ਥੋੜ੍ਹੇ ਜਿਹੇ ਅਤੇ ਲਸਣ ਲਿਆ ਏ ਅਤੇ ਕਾਲੀਆਂ ਮਿਰਚਾਂ ਲਈਆਂ ਰਗੜੀਆਂ ਹੋਈਆਂ ਥੋੜ੍ਹੀਆਂ ਜਿਹੀਆਂ ਅਤੇ ਕੁਝ ਮੈਂ ਥੋੜ੍ਹਾ ਜਿਹਾ ਲੂਣ ਲੋੜ ਅਨੁਸਾਰ ਪਾਵਾਂਗੇ। ਚਲੋ ਸ਼ੁਰੂ ਕਰਦੀ ਹਾਂ। ਤੇਲ ਨੂੰ ਥੋੜ੍ਹਾ ਜਿਹਾ ਗਰਮ ਹੁੰਦੇ ਮੈਂ ਕੁਕਿੰਗ ਆਇਲ ਵਰਤਿਆ ਮੈਂ। ਤੇਲ ਗਰਮ ਹੋਣ ਤੋਂ ਬਾਅਦ ਮੈਂ ਲਸਣ ਪਾਵਾਂਗੀ। ਲਸਣ ਮੈਂ ਛੋਟਾ ਛੋਟਾ ਕੱਟ ਲਿਆ ਸੀ। ਲਸਣ ਨੂੰ ਥੋੜ੍ਹਾ ਚਿਰ ਭੁੰਨਣ ਵਾਸਤੇ ਰੱਖ ਦਾਂਗੇ। ਲਸਣ ਭੁੰਨਣ ਤੋਂ ਬਾਅਦ ਮੈਂ ਇਹਦੇ ਵਿੱਚ ਚਿਕਨ ਐਡ ਕਰਾਂਗੀ। ਚਿਕਨ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਲਸਣ ਦੇ ਨਾਲ, ਜਿਵੇਂ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਉਸ ਤੋਂ ਬਾਅਦ ਅਸੀਂ ਦੂਜੀਆਂ ਸਬਜ਼ੀਆਂ ਪਾਵਾਂਗੇ। ਲੂਣ ਪਾਵਾਂਗੇ ਲੋੜ ਅਨੁਸਾਰ। ਮੈਂ ਦੋ ਚਮਚੀਆਂ ਲੂਣ ਦੀਆਂ ਪਾਉਂਦੀ ਹਾਂ। ਲਸਣ ਦੇ ਚਿਕਨ ਸਰ ਚੰਗੀ ਤਰ੍ਹਾਂ ਭੁੱਜ ਚੁੱਕਾ ਹੈ, ਉਹਨਾਂ ਫਿਰ ਅੰਦਰ ਕੈਰਟ ਪਾਵਾਂਗੇ। ਕੈਰਟ ਨੂੰ ਵੀ ਮੈਂ ਚੰਗੀ ਤਰ੍ਹਾਂ ਬਰੀਕ ਬਰੀਕ ਕੱਟ ਲਿਆ ਸੀਗਾ। ਉਸ ਬਾਅਦ ਅਸੀਂ ਕਾਲੀ ਮਿਰਚ ਪਾਵਾਂਗੇ। ਕਾਲੀ ਮਿਰਚ ਦਾ ਪਾਊਡਰ ਵੀ ਲੋੜ ਅਨੁਸਾਰ ਪਾ ਸਕਦੇ ਹਾਂ। ਸੂਪ ਬਹੁਤ ਟੇਸਟੀ ਬਣਦਾ ਹੈ, ਤੁਸੀਂ ਇਕੱਲਾ ਵੈਜੀਟੇਬਲ ਸੂਪ ਵੀ ਬਣਾ ਸਕਦੇ ਹਾਂ ਜੇ ਤੁਸੀਂ ਚਿਕਨ ਨਹੀਂ ਪਾਉਣਾ। ਉਸ ਤੋਂ ਬਾਅਦ ਸਪਰਿੰਗ ਓਨੀਅਨ ਕੱਟੇ ਹੋਏ ਹਰੇ ਗੰਢ ਪਾ ਕੇ ਮੈਂ ਗੰਢੇ ਪਾਉਣ ਤੋਂ ਬਾਅਦ ਸਾਗ ਪਾਵਾਂਗੇ, ਬੰਦ ਗੋਭੀ ਅਤੇ ਸਾਗ। ਹੁਣ ਤਾਂ ਸਾਡੀਆਂ ਸਬਜ਼ੀਆਂ ਚੰਗੀ ਤਰ੍ਹਾਂ ਰਲ ਗਈਆਂ ਨੇ, ਅੰਦਰ ਭੁੱਜ ਗਈਆਂ ਨੇ। ਹੁਣ ਅਸੀਂ ਇਹਦੇ ਅੰਦਰ ਪਾਣੀ ਪਾਵਾਂਗੇ ਲੋੜ ਅਨੁਸਾਰ। ਮੈਂ ਹੋਰ ਪਾਣੀ ਲਵਾਂਗੀ। ਇਸ ਸੂਪ ਦੇ ਅੰਦਰ 2 ਕੱਪ ਪਾਣੀ ਦੇ ਐਡ ਕੀਤੇ ਨੇ। ਤੁਸੀਂ ਵੇਖਣਾ ਕਿ ਕਿੰਨਾ ਕੁ ਸੂਪ ਬਣਾ ਰਹੇ ਜੋ, ਉਸ ਹਿਸਾਬ ਦੇ ਨਾਲ ਤੁਸੀਂ ਪਾਣੀ ਐਡ ਕਰ ਸਕਦੇ ਜੀ। ਕਿ ਹੁਣ ਅਸੀਂ ਇਹਨੂੰ ਪੱਕਣ ਵਾਸਤੇ 10 ਮਿੰਟ ਲਈ ਰੱਖਾਂਗੇ। ਸੂਪ ਬਣ ਕੇ ਤਿਆਰ ਏ। ਹੁਣ ਅਸੀਂ ਅੱਗ ਬੰਦ ਕਰ ਦੇਵਾਂਗੇ ਅਤੇ ਹੁਣ ਇਸ ਨੂੰ ਸਰਵ ਕਰਨ ਵਾਸਤੇ ਪਾਵਾਂਗੇ। ਸੂਪ ਬਣ ਕੇ ਰੈਡੀ ਏ।
ਇਹਨੂੰ ਅਸੀਂ ਚੌਲਾਂ ਨਾਲ ਵੀ ਖਾ ਸਕਦੇ ਹਾਂ, ਉਸ ਤਰ੍ਹਾਂ ਵੀ ਅਸੀਂ ਇਹਨੂੰ ਖਾ ਸਕਦੇ ਹਾਂ, ਨਾਲ ਪੀ ਸਕਦੇ ਹਾਂ। ਪਲੀਜ਼ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ, ਅਤੇ ਆਪਣੇ ਦੋਸਤਾਂ ਫਰੈਂਡਾਂ ਦੇ ਨਾਲ ਵੀ ਸ਼ੇਅਰ ਕਰਿਓ, ਫੈਮਿਲੀ ਫਰੈਂਡਸ ਦੇ ਨਾਲ। ਓਕੇ, ਥੈਂਕ ਯੂ।